ਆਪਣੇ ਦੇਸ਼ ਤੋਂ ਉੱਤੇ ਕੁਛ ਲੋਕਾਂ ਨੂੰ ਆਪਣੀ ਇੱਜ਼ਤ ਪਿਆਰੀ ਨਹੀਂ ਹੁੰਦੀ। ਤੁਸੀਂ ਇਹ ਦੇਖੋ, ਪਾਕਿਸਤਾਨ ਉਹ ਕੰਟਰੀ ਹੈ ਵੀ ਜਿਹਨੇ ਬੰਬੇ ਅਟੈਕ ਕਰਾਇਆ, ਪਾਕਿਸਤਾਨ ਉਹ ਕੰਟਰੀ ਹੈ ਵੀ ਜਿਨ੍ਹਾਂ ਨੇ ਕਾਰਗਿਲ ਦੀ ਲੜਾਈ ਦੇ ਵਿੱਚ ਸਾਡੇ ਸ਼ਹੀਦਾਂ ਦੇ ਸਿਰ ਵੱਢ ਕੇ ਲੈ ਗਏ ਸੀ ਅਤੇ ਉਹਨਾਂ ਦੇ ਸ਼ਵਾਂ ਦੇ ਨਾਲ ਖੁਰਦ ਪੁਰਦ ਕਰਕੇ ਸਾਡੇ ਘਰੇ ਭਿਜਵਾਏ ਸੀ। ਤਾਜ਼ਾ ਹਮਲਾ ਪੁਲਵਾਮਾ 'ਚ ਹੋਇਆ ਜਿਹੜਾ 2014 'ਚ, ਪੁਲਵਾਮਾ ਅਟੈਕ ਕਰਾਇਆ 2014 ਸਾਡੇ ਕਿੰਨੇ ਜਵਾਨ ਬੰਬ ਨਾਲ ਸ਼ਹੀਦ ਕਰਤੇ, ਔਰ ਅੱਜ ਕੁਛ ਕਲਾਕਾਰ, ਕੁਛ ਨਪੁੰਸਕ ਲੋਕ, ਕੁਛ ਆਪਣੀ ਥੋੜ੍ਹੀ ਜਿਹੀ ਕਮਾਈ ਪਿੱਛੇ ਆਪਦੇ ਦੇਸ਼ ਨੂੰ ਨੀਵਾਂ ਤਖਾਣ ਨੂੰ ਮਿੰਟ ਲਾਉਂਦੇ ਨੇ। ਕਿਆ ਪੰਜਾਬ ਸੈਂਸਰ ਬੋਰਡ ਜਾਂ ਦੇਸ਼ ਦਾ ਸੈਂਸਰ ਬੋਰਡ ਜਾਂ ਪੰਜਾਬ ਦੀਆਂ ਸਰਕਾਰਾਂ ਜਾਂ ਦੇਸ਼ ਦੀਆਂ ਸਾਡੇ ਮੋਦੀ ਸਰਕਾਰ ਜਿਹੜੇ ਪਾਕਿਸਤਾਨ ਨੂੰ ਅੱਖ ਦਿਖਾ ਗੱਲ ਕਰਦੇ ਨੇ, ਪਰ ਇਹੋ ਜਿਹੀਆਂ ਫਿਲਮਾਂ ਦੇ ਉੱਤੇ ਆਪਦੀ ਚੁੱਪੀ ਕਿਉਂ ਨਹੀਂ ਤੋੜਦੇ? ਕਿਆ ਅਸੀਂ ਲੋਕ ਆਪਦੇ ਸ਼ਹੀਦਾਂ ਦਿੱਤੀਆਂ ਕੁਰਬਾਨੀ ਭੁੱਲ ਜਾਂਗੇ? ਭਾਨੂ ਜੀ, ਵਿਰੋਧ ਕੀ ਆ ਫਿਲਮ ਦੇ ਵਿੱਚ, ਕੀ ਐਸਾ ਦੇਖਿਆ ਜਿੰਨਾ ਵਿਰੋਧ? ਵਿਰੋਧ ਇਹ ਆ ਕਿ ਜਿੱਥੇ ਪਾਕਿਸਤਾਨ, ਜਿੱਥੇ ਭਾਰਤ ਜਿੰਦਾਬਾਦ ਦੇ ਨਾਰੇ ਲੱਗਦੇ ਆ, ਉੱਥੇ ਪਾਕਿਸਤਾਨ ਮੁਲਦਾਬਾਦ ਦੇ ਨਾਰੇ ਲੱਗਣੇ ਚਾਹੀਦੇ। ਉਹਨਾਂ ਨੇ ਪਾਕਿਸਤਾਨ ਮੁਲਦਾਬਾਦ ਦੇ ਨਾਰੇ ਲਾਏ ਆ, ਅਤੇ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਲਾਏ ਆ, ਭਾਰਤ ਮੁਲਦਾਬਾਦ ਦੇ ਨਾਰੇ ਉਸ ਫਿਲਮ 'ਚ ਲੱਗੇ ਆ। ਜਿੱਥੇ ਦਿਖਾਉਣਾ ਤਾਂ ਇਹ ਚਾਹੀਦਾ ਸੀ, ਪੰਜਾਬ 'ਚ ਹਿੰਦੂ ਸਿੱਖ ਦੀ ਆਬਾਦੀ 15% ਸੀ, ਅੱਜ ਪਾਕਿਸਤਾਨ 'ਚ ਪਾਕਿਸਤਾਨ 'ਚ ਹਿੰਦੂਆਂ ਦੀ ਔਰ ਸਿੱਖਾਂ ਦੀ ਆਬਾਦੀ ਕਿੰਨੀ ਰਹਿ ਗਈ? 2-3%। ਕਿਆ ਪੰਜਾਬ 'ਚ ਇਹ ਪਿਆਰ ਆ? ਕਿਆ ਪਾਕਿਸਤਾਨ 'ਚ ਪੰਜਾਬੀਆਂ ਲਈ ਇਹ ਪਿਆਰ ਆ? ਦਿਖਾਉਣਾ ਤਾਂ ਇਹ ਚਾਹੀਦਾ ਸੀ, ਪਾਕਿਸਤਾਨ ਕਿੱਦਾਂ ਸਾਡਾ ਵਿਰੋਧੀ ਆ, ਹਮੇਸ਼ਾ ਪਾਕਿਸਤਾਨ ਨਾਲ ਪਿਆਰ ਪੰਜਾਬ ਵੱਲੋਂ ਹੀ ਕਿਉਂ ਦਿਖਾਇਆ ਜਾਂਦਾ? ਕਿਆ ਪਾਕਿਸਤਾਨ ਵੱਲੋਂ ਕਦੀ ਪੰਜਾਬ ਨੂੰ ਪਿਆਰ ਦਾ ਹੰਗਾਰਾ ਦਿੱਤਾ ਗਿਆ? ਕਿਆ ਕਿ ਸਾਡੇ ਦੇਸ਼ ਨੂੰ ਪਾਕਿਸਤਾਨ ਵੱਲੋਂ ਪਿਆਰ ਦਾ ਹੰਗਾਰਾ ਦਿੱਤਾ ਗਿਆ? ਹਰ ਵਕਤ ਪੰਜਾਬੀ ਕਿਉਂ ਸਵਾਲ ਕੀਤਾ ਵੀ ਵਿਰੋਧ ਦਾ ਕਾਰਨ ਕੀ ਆ? ਵੀ ਇੱਕ ਫਿਲਮ ਹੈ, ਤੁਸੀਂ ਤੁਹਾਡੇ ਕਈ ਪੱਤਰਕਾਰਾਂ ਦੇ ਸਵਾਲ ਹੋਊਗਾ ਵੀ ਇੱਕ ਇੰਜੋਇਮੈਂਟ ਹੈ, ਤੁਹਾਡੇ ਸਮਾਂ ਸਵਾਲ ਹੋਊਗਾ ਵੀ ਇੰਜੋਇਮੈਂਟ ਹੈ, ਵਿਰੋਧ ਕੀ ਹੈ ਇਹਦੇ ਵਿੱਚ? ਇਹੋ ਜਿਹਾ ਇੱਕ ਬੱਚਾ, ਅੱਜ ਆਪਣੇ ਘਰ ਸਭ ਦੇ ਘਰੇ ਨਿਆਣੇ ਆ, ਬੱਚਾ ਮਾਂ ਪਿਓ ਦੀ ਗੱਲ ਘੱਟ ਮੰਨਦਾ ਵਾ, ਫਿਲਮਾਂ ਦੀ, ਸੋਸ਼ਲ ਮੀਡੀਆ ਦੀ ਜਾਂ ਕਾਰਟੂਨ ਡਾਇਰੈਕਟਰ ਵਗਾਂ ਦੀ ਨਿਆਣਾ ਗੱਲ ਜ਼ਿਆਦਾ ਮੰਨਦਾ ਵਾ। ਮਾਂ ਪਿਓ ਤੋਂ ਵੱਧ ਸੋਸ਼ਲ ਮੀਡੀਆ ਜਾਂ ਇਹੋ ਜਿਹੀਆਂ ਜਿਹੜੀਆਂ ਫਿਲਮਾਂ ਚੱਲ ਰਹੀਆਂ ਨੇ, ਇਹ ਬੱਚਿਆਂ ਵਾਸਤੇ ਰੱਬ ਬਣ ਗਈਆਂ। ਆ ਕਿਆ ਅਸੀਂ ਆਪਦੇ ਬੱਚਿਆਂ ਨੂੰ ਉਸ ਦੇਸ਼ ਨਾਲ ਪਿਆਰ ਜਿੱਦਾਂ ਦੇ ਦਿਖਾ ਸਕਦੇ ਹਾਂ ਵੀ ਜਿਨ੍ਹਾਂ ਨੇ ਸਾਡੇ ਦੇਸ਼ ਦੇ ਮੁਰਦਾਬਾਦ ਨਾਰੇ ਲਾਏ ਹੋਣ, ਜਿਨ੍ਹਾਂ ਨੇ ਸਾਡੇ ਸ਼ਹੀਦ ਕੀਤੇ, ਸਾਡੀ ਇੰਡੀਅਨ ਫੌਜ, ਸਾਡੀ ਆਰਮੀ ਜਿਨ੍ਹਾਂ ਇੰਨੇ ਅਟੈਕ ਕਰਾਏ, ਇਹਨੇ ਹਿੰਦੁਸਤਾਨੀ ਮਾਰੇ, ਪੁਲਵਾਮਾ ਅਟੈਕ, ਕਿੰਨੇ ਅਟੈਕ ਤੁਹਾਨੂੰ ਗਣਾ ਆਲ ਇੰਡੀਆ ਦੇ ਵਿੱਚ ਜਿਹੜੇ ਪਾਕਿਸਤਾਨ ਸ਼ਹਿਰ ਦੇ ਉੱਤੇ ਹੋਏ ਨੇ, ਉਹ ਕਿੰਨੀਆਂ ਟਾਰਗੇਟ ਕਿਲਿੰਗਾਂ ਤੁਹਾਨੂੰ ਦੱਸਾਂ ਮੈਂ ਪੰਜਾਬ ਦੇ ਅੰਦਰ, ਜਿਹੜੀ ਪਾਕਿਸਤਾਨ ਸ਼ਹਿਰ ਦੇ ਉੱਤੇ ਹੋਈਆਂ ਪੰਜਾਬ ਦੇ ਅੰਦਰ, ਉਹ ਕਿੰਨੇ ਹਾਲਾਤ ਦਿਖਾਵਾਂ ਮੈਂ ਪੰਜਾਬ ਦੇ ਸ਼ਹਿਰ ਉੱਤੇ, ਪਾਕਿਸਤਾਨ ਦੇ ਸ਼ਹਿਰ 'ਚ ਪੰਜਾਬ ਦੇ ਵਿੱਚ ਹਾਲਾਤ ਵਿਗਾੜਨ ਦੀ ਲੋਕ ਸਾਜਿਸ਼ ਕਰਦੇ ਨੇ, ਔਰ ਸਾਡੀ ਜਨਰੇਸ਼ਨ ਨੂੰ ਇਹ ਚੀਜ਼ ਦਿਖਾਉਣਗੇ ਵੀ ਪਾਕਿਸਤਾਨ ਤਾਂ ਬੜਾ ਵਧੀਆ ਆ, ਪਾਕਿਸਤਾਨ ਬੜਾ ਖੂਬਸੂਰਤ ਆ। ਉੱਥਾਂ ਦੀ ਮਾਨਸਿਕਤਾ ਦੇਖੋ, ਜਦੋਂ ਪੰਜਾਬ ਅੱਡ ਹੋਇਆ ਪਾਕਿਸਤਾਨ ਤੋਂ, ਜਦੋਂ ਦੇਸ਼ ਅੱਡ ਹੋਇਆ, ਉੱਥੇ ਹਿੰਦੂਆਂ ਦੀ ਆਬਾਦੀ ਕਿੰਨੀ ਸੀ ਅਤੇ ਅੱਜ ਕਿੰਨੀ ਹੈ? ਉੱਥੇ ਸਿੱਖ ਪਰਿਵਾਰ ਦੀ ਆਬਾਦੀ ਕਿੰਨੀ ਸੀ ਅਤੇ ਪਾਕਿਸਤਾਨ 'ਚ ਅੱਜ ਕਿੰਨੀ ਹੈ? ਤੁਸੀਂ ਸੋਚੋ, ਅਸੀਂ ਆਪਦੇ ਬੱਚਿਆਂ ਨੂੰ ਇਹ ਸਿੱਖਿਆ ਦੇਵਾਂਗੇ ਵੀ ਪਾਕਿਸਤਾਨ ਕੋਈ ਖਾਸ ਮਕਸਦ ਹੈ ਜੀ ਲਾਈਨ ਕੇ, ਮਤਲਬ ਕਿਸ ਕਾਰਨ ਵਿਰੋਧ? ਯਾਰ ਤੁਸੀਂ ਇੱਕ ਗੱਲ ਦੱਸੋ, ਟ੍ਰੇਲਰ ਦੇ ਵਿੱਚ ਕੀ ਦੇਖਿਆ ਤੁਸੀਂ? ਇੱਕ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਪੱਤਰਕਾਰ ਸਾਹਿਬ, ਤੁਸੀਂ ਆਪਾਂ ਲੋਕ ਗੱਲ ਕਰਦੇ ਮਾਨਵ ਅਧਿਕਾਰ ਦੀ, ਤੁਸੀਂ ਪਾਕਿਸਤਾਨ ਜਾ ਕੇ ਹਿੰਦੁਸਤਾਨ ਜਿੰਦਾਬਾਦ ਕਹਿ ਕੇ ਦਿਖਾ ਦਿਓ ਬੱਚੇ ਨੂੰ, ਕਹਿੰਦਾ ਤੁਸੀਂ ਪਾਕਿਸਤਾਨ ਜਾ ਕੇ ਹਿੰਦੁਸਤਾਨ ਜਿੰਦਾਬਾਦ ਕਹਿ ਕੇ ਦਿਖਾ ਦਿਓ, ਮੇਰਾ ਭਾਰਤ ਮਹਾਨ ਕਹਿ ਕੇ ਦਿਖਾ ਦਿਓ, ਤੁਹਾਨੂੰ ਉੱਥੇ ਦਲੇਰ ਨਹੀਂ ਟੱਪਣ ਦੇਣਗੇ, ਤਾਂ ਅਸੀਂ ਫਿਰ ਲੋਕ ਆਪਦੇ ਦੇਸ਼ ਦੇ ਵਿੱਚ ਉਹਨਾਂ ਦਾ ਦੇਸ਼ ਦਾ ਨਾਰਾ ਬੁਲੰਦ ਕਿਉਂ ਹੋਣ ਦਈਏ? ਕਿਸ ਕਾਰਨ ਤੋਂ ਹੋਣ ਦਈਏ? ਇਹ ਪਾਕਿਸਤਾਨ ਦੀ ਸਾਜ਼ਿਸ਼ ਹੈ ਜਿਹੜੀ ਅਸੀਂ ਮਨਸੂਬਾ ਨਹੀਂ ਹੋਣ ਦੇਣੀ, ਔਰ ਸਰਕਾਰ ਅਤੇ ਇੰਟੈਲੀਜੈਂਸ ਇਹਦੀ ਜਾਂਚ ਜ਼ਰੂਰ ਕਰੇ ਵੀ ਫਿਲਮ ਦੀ ਫੰਡਿੰਗ ਕਿੱਥੇ ਹੋਈ ਹੈ।
ਤਾਂ ਕੀ ਵਿਰੋਧ ਜਾਰੀ ਰਹੇਗਾ? ਵਿਰੋਧ ਬਿਲਕੁਲ ਜਾਰੀ ਰਹੂਗਾ, ਵਿਰੋਧ ਵੀ ਜਾਰੀ ਰਹੂਗਾ, ਫਿਲਮ ਦਾ ਬਾਈਕਾਟ ਵੀ ਕੀਤਾ ਜਾਊਗਾ। ਸੈਂਸਰ ਬੋਰਡ ਇਸ ਫਿਲਮ ਤੇ ਬੈਨ ਲਾਵੇ, ਨਹੀਂ ਤਾਂ ਸ਼ਿਵ ਸੈਨਿਕ ਆਪਣੇ ਤੌਰ ਤੇ ਜਿਹੜਾ ਰੋਸ ਪ੍ਰਦਰਸ਼ਨ, ਚਲੋ ਜਿਸ ਹੱਦ ਤੱਕ ਜਾਣਾ ਪਏ ਜਾਵਾਂਗੇ। ਜੀ ਬਿਲਕੁਲ ਬਿਲਕੁਲ, ਪੰਜਾਬੀ ਪੰਜਾਬ ਦੇ ਲੋਕਾਂ ਦੀਆਂ ਭਾਵਨਾ ਨਾਲ ਖੇਲ ਕੇ, ਪੰਜਾਬ ਦੀ ਲੋਕਾਂ ਦੀਆਂ ਭਾਵਨਾ ਦੇ ਨਾਲ ਖੇਲ ਕੇ ਆਪਣਾ ਸਿਰਫ ਪੈਸਾ ਬਣਾਇਆ ਜਾ ਰਿਹਾ। ਉਹ ਚੀਜ਼ਾਂ ਕਿਉਂ ਨਹੀਂ ਦਿਖਾਈਆਂ ਜਾਂਦੀਆਂ ਜਿਹਦੇ ਨਾਲ ਦੇਸ਼ ਦੇ ਹਾਲਾਤਾਂ ਨੂੰ ਫਰਕ ਪਿਆ ਜਾਂਦਾ? ਇਹ ਕਿਉਂ ਨਹੀਂ ਦਿਖਾਇਆ ਜਾਂਦਾ ਵੀ ਸਾਡੇ ਬਾਰਡਰ 'ਤੇ ਕਿੱਦਾਂ ਸੈਨਿਕ ਸ਼ਹੀਦ ਕੀਤੇ ਜਾਂਦੇ ਨੇ? ਇਹ ਕਿਉਂ ਨਹੀਂ ਦਿਖਾਇਆ ਜਾਂਦਾ ਵੀ ਸਾਡੀ ਜਦੋਂ 1947 'ਚ 15% ਆਬਾਦੀ ਸੀ, ਅੱਜ ਜਿਹੜੀ ਸਾਡੀ ਆਬਾਦੀ 'ਤੇ 100% ਰਹਿ ਗਈ ਹੈ, ਉਹ ਫਿਲਮਾਂ 'ਚ ਕਿਉਂ ਨਹੀਂ ਦਿਖਾਇਆ ਜਾਂਦਾ? ਇਹ ਕਿਉਂ ਨਹੀਂ ਦਿਖਾਇਆ ਜਾਂਦਾ ਵੀ ਹਿੰਦੂ ਸਿੱਖਾਂ ਦੀ ਕੁੜੀਆਂ ਚੱਕ ਕੇ ਜਿਹੜੇ ਉਹਦੇ ਜ਼ਬਰਦਸਤੀ ਧਰਮ ਪਰਿਵਰਤਨ ਕਰਕੇ ਵਿਆਹ ਕਰਾਏ ਜਾ ਰਹੇ ਨੇ, ਉਹਨਾਂ ਉੱਤੇ ਫਿਲਮ ਕਿਉਂ ਨਹੀਂ ਦਿਖਾਈ ਜਾਂਦੀ? ਸਿਰਫ ਆਪਣੇ ਫਾਇਦੇ ਲਈ ਕਾਰਗਿਲ ਯੁੱਧ ਕਿਉਂ ਨਹੀਂ ਦਿਖਾਉਂਦੇ? ਦੱਸੋ ਨਾ, ਇਹਨਾਂ ਨੂੰ ਪਿਆਰ ਬੜਾ ਜਾਗਦਾ ਹੈ, ਕਾਰਗਿਲ ਯੁੱਧ ਕਿਉਂ ਨਹੀਂ ਦਿਖਾਇਆ ਜਾਂਦਾ? ਸਵਾਲ ਹੈ, ਕਿਉਂ ਨਹੀਂ ਦਿਖਾਇਆ ਜਾਂਦਾ? ਫਿਲਮ ਦੀ ਸਟੋਰੀ ਉੱਤੇ ਓਬਜੈਕਸ਼ਨ ਹੈ ਤੁਹਾਨੂੰ? ਬਿਲਕੁਲ, ਜਦੋਂ ਦੇਖਦੇ ਨੇ ਫਿਲਮ, ਚਾਹੇ ਸਨੀ ਦਿਓਲ ਹੀ ਲਾ ਲਓ, ਪਾਕਿਸਤਾਨ ਜਿੰਦਾਬਾਦ, ਭਾਰਤ ਮੁੰਦਾਬਾਦ, ਇਹਨੂੰ ਲੈ ਕੇ ਲੋਕਾਂ ਦੀ ਭਾਵਨਾ ਖੇਲ ਕੇ ਆਪਣਾ ਪ੍ਰੋਫਿਟ ਦੇਖੇਗਾ ਵੀ ਮੈਂ ਪ੍ਰੋਫਿਟ ਕਿੱਦਾਂ ਕਮਾਉਣਾ, ਉਹਨੂੰ ਲੈ ਕੇ ਇੱਕ ਪ੍ਰਯਾਸ ਕੀਤਾ ਜਾ ਰਿਹਾ। ਅਸੀਂ ਇਸ ਕਰਕੇ ਵਿਰੋਧ ਕਰ ਰਹੇ ਹਾਂ ਵੀ ਤੁਸੀਂ ਉਹ ਚੀਜ਼ਾਂ ਵੀ ਦਿਖਾਓ, ਅਸਲੀਅਤ ਦਿਖਾਓ। ਪਾਕਿਸਤਾਨ 'ਚ ਕੀ ਹੁੰਦਾ? ਗੁਰਦੁਆਰੇ ਤੋੜੇ ਜਾਂਦੇ ਨੇ, ਮੰਦਰ ਤੋੜੇ ਜਾਂਦੇ ਨੇ, ਉਹ ਕਿਉਂ ਨਹੀਂ ਦਿਖਾਇਆ ਜਾਂਦਾ? ਇਹ ਕਿਉਂ ਨਹੀਂ ਦਿਖਾਇਆ ਜਾਂਦਾ ਵੀ ਹਿੰਦੂ ਸਿੱਖਾਂ ਦੀਆਂ ਕੁੜੀਆਂ ਚੱਕ ਕੇ ਧਰਮ ਪਰਿਵਰਤਨ ਕਰਕੇ ਜ਼ਬਰਦਸਤੀ ਵਿਆਹ ਕਰਾਏ ਜਾਂਦੇ ਨੇ, ਉਹ ਕਿਉਂ ਨਹੀਂ ਦਿਖਾਇਆ ਜਾਂਦਾ? ਜਿਹੜੇ ਬਾਰਡਰ ਉੱਤੇ ਸਾਡੇ ਸੈਨਿਕ ਸ਼ਹੀਦ ਕਰ ਦਿੱਤੇ ਜਾਂਦੇ, ਉਹ ਕਿਉਂ ਨਹੀਂ ਦਿਖਾਇਆ ਜਾਂਦਾ? ਇਹ ਕਿਉਂ ਨਹੀਂ ਦਿਖਾਇਆ ਜਾਂਦਾ ਵੀ ਜਿਹੜਾ ਪੰਜਾਬ 'ਚ ਅੱਤਵਾਦ ਹੈ, ਜਿਹੜਾ ਸਰਜੀਕਲ ਸਟ੍ਰਾਈਕ ਮੂਵੀ ਬਣੀ, ਜਿਹੜਾ ਕਾਰਗਿਲ ਮੂਵੀ ਬਣੀ, ਜਿਹੜਾ ਮੈਂ ਪੰਜਾਬ ਦੀ ਗੱਲ ਕਰੋ ਨਾ, ਪੰਜਾਬੀ ਐਕਟਰ ਕੀ ਕਰ ਰਹੇ ਨੇ? ਇਹ ਕਿਉਂ ਨਹੀਂ ਸਾਂਝੀਆਂ ਹੁੰਦੀਆਂ ਨਾ? ਤੁਸੀਂ ਦੇਸ਼ ਦੀ ਕਿਉਂ ਨਹੀਂ ਗੱਲ ਦਿਖਾਉਂਦੇ? ਹਿੰਦੁਸਤਾਨ ਦੀ ਗੱਲ ਕਿਉਂ ਨਹੀਂ ਦਿਖਾਉਂਦੇ? ਭਾਰਤ ਦੀ ਗੱਲ ਕਿਉਂ ਨਹੀਂ ਦਿਖਾਉਂਦੇ? ਦੱਸੋ ਨਾ, ਇਹਨਾਂ ਨੂੰ ਪਿਆਰ ਵਾਲਾ ਜਾਗਦਾ, ਪਾਕਿਸਤਾਨ ਜਾ ਕੇ ਰਹਿਣਾ ਸ਼ੁਰੂ ਕਰ ਦੇਣ, ਕਿਉਂ ਨਹੀਂ ਰਹਿੰਦੇ ਉੱਥੇ ਜਾ ਕੇ? ਖਾਣਾ ਪੀਣਾ ਪੰਜਾਬ ਦਾ, ਹਿੰਦੁਸਤਾਨ ਦਾ, ਬਿਲਕੁਲ ਵਿਰੋਧ ਕਰਾਵਾਂਗੇ, ਬਿਲਕੁਲ ਖੁੱਲ੍ਹ ਕੇ ਵਿਰੋਧ ਕਰਾਂਗੇ।